रसना राम जनी जय।
रोज किसी श्यों की जय
विसारना अंगीकार करे तेरा कार्य साध सवार सब नागला सम्राट स्वामी सोचो मनोज सार कहे नानक मन मेरे सदा रहो हर नाम सदा सिफत सलाह तेरी नाम मन नाम दिन के मन बसे आवाजे शब्द कनेरे कहे नानक सचे साहिब क्या नहीं करते साध गवाए तब शांत सुख मन आए बसे आवाजे साध गवाए सदा कुरबान पिता गुरु विटो जिस दिया इह बटियाई अजित करता दूत तुझ वास कीते कार दंत कुमारिया गुर कर कुमाया तुझ जिन को से नाम हर के लागे कहे नानक के सुख होवा जित कारियन उठवे सगल दसूरे दूर रोग संताप नित रहे पूरी सची पानी संत साजन पे से पूरे गुरते जानी सुनते पुनीत कहते कोई सतगुर रह आपर पूरू बिन वंत नानक गुरु चरण लाखे वादे अनहर पूरे वादे गुरु सरोपवन गुरु पाणी पिता माता तरत महत सजन जगत चंगियाइया बुरियाइया चंद्र दे पुज दे
मेरा गुण पूरा सुख दाता
ਬਾਬਾ ਬਕਾਲਾ ਸਾਹਿਬ ਤੋਂ ਰੇਸ਼ਮ ਸਿੰਘ ਜੀ ਉਹਨਾਂ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਹੈ।
ਅਸੀਂ ਕਿਉਂਕਿ ਸਮਾਂ ਜਿਹੜਾ ਆ ਉਹ ਬਹੁਤ ਹੋ ਚੁੱਕਾ ਹੈ, ਸੋ ਬੁਲਾਰਿਆਂ ਨੇ ਵੀ ਟਾਈਮ ਲੈਣਾ। ਮੈਂ ਬੁਲਾਰਿਆਂ ਨੂੰ ਬੇਨਤੀ ਕਰੂੰਗਾ ਕਿ ਸਿਰਫ ਦੋ ਦੋ ਮਿੰਟ ਆਪਣੀਆਂ ਸ਼ਰਧਾ ਦੇ ਫੁੱਲ ਪੇਂਟ ਕਰਨੇ ਆ, ਜਿਹਦੇ ਵਿੱਚ ਸਰਦਾਰ ਨਿਰਮਲ ਸਿੰਘ ਧੂਲਕਾ ਜੀ, ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਉਹ ਆਣ ਕੇ ਪਹਿਲੇ ਬੁਲਾਰੇ ਸਾਡੇ ਉਹ ਨੇ ਸਰਦਾਰ ਨਿਰਮਲ ਸਿੰਘ ਜੀ ਧੂਲਕਾ ਜੀ, ਉਹ ਆਣ ਕੇ ਆਪਣੇ ਸ਼ਰਧਾ ਦੇ ਫੁੱਲ ਪੇਂਟ ਕਰਨ। ਸਰਦਾਰ ਨਿਰਮਲ ਸਿੰਘ ਜੀ ਧੂਲਕਾ, ਸਰਦਾਰ ਰਣਜੀਤ ਸਿੰਘ ਚੇਅਰਮੈਨ ਜੀ ਉਹ ਵੀ ਆਏ ਨੇ, ਸਰਦਾਰ ਹਰਜੀਤ ਸਿੰਘ ਮੀਆਂਵਿੰਡ ਤੋਂ, ਮਨਜੀਤ ਸਿੰਘ ਮੰਨਾ ਦੇ ਬ੍ਰਦਰ ਰਣਜੀਤ ਸਿੰਘ ਉਹ ਵੀ ਹਾਜ਼ਰੀ ਲਵਾ ਕੇ ਚਲੇ ਗਏ ਨੇ, ਸਰਦਾਰ ਪ੍ਰਗਟ ਸਿੰਘ ਚਗਾਵਾ ਜੀ ਉਹ ਵੀ ਆਪਣੀ ਹਾਜ਼ਰੀ ਲਵਾ ਕੇ ਚਲੇ ਗਏ ਨੇ। ਸੋ ਇਸੇ ਤਰ੍ਹਾਂ ਨਾਵਾਂ ਦੀ ਲੜੀ ਜਿਹੜੀ ਬਹੁਤ ਲੰਬੀ ਹੈ, ਮੈਂ ਹੁਣ ਬੇਨਤੀ ਕਰੂੰਗਾ ਸਰਦਾਰ ਨਿਰਮਲ ਸਿੰਘ ਜੀ ਧੂਲਕਾ ਸਿਰਫ ਦੋ ਮਿੰਟ ਵਾਸਤੇ। ਗੁਰੂ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ ਫਤਿਹ। ਅੱਜ ਆਪਾਂ ਬੜੇ ਰੋਮਾਈ ਦੇ ਵਿੱਚ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਬੈਠੇ ਹਾਂ, ਜੋ ਕਿ ਅਰਸ਼ਦੀਪ ਸਿੰਘ ਜੀ ਕੁਝ ਦਿਨ ਪਹਿਲਾਂ ਸਾਡੇ ਤੋਂ ਵਿਛੋੜਾ ਕਰ ਗਏ ਸੀ, ਕਿਉਂਕਿ ਬੜੀ ਹੀ ਦੁੱਖਦਾਈ ਅਤੇ ਜੋ ਵੀ ਸ਼ਬਦ ਕਹਿ ਲਈਏ ਉਹ ਥੋੜ੍ਹੇ ਨੇ, ਕਿਉਂਕਿ ਜੋ ਮਾਂ ਪਿਓ ਨੂੰ ਇਹ ਆਪਣਾ ਵਿਛੋੜਾ ਦੇ ਕੇ ਚਲ ਗਏ ਨੇ, ਇਹ ਘਾਟਾ ਜਿਹੜਾ ਵਾ ਨਾ ਪੂਰਾ ਹੋਣ ਵਾਲਾ ਵਾ, ਕਿਉਂਕਿ ਇਹ ਜਿਹੜੀਆਂ ਵਾ ਗੱਲਾਂ ਬਹੁਤ ਜ਼ਿਆਦੀਆਂ ਡੂੰਘੀਆਂ ਨੇ ਉਹ ਆਪਣੀਆਂ, ਕਿਉਂਕਿ ਸੰਤ ਬੈਠੀਏ, ਕਿਉਂਕਿ ਕਈਆਂ ਦੇ ਮਨਾਂ ਨੂੰ ਦੁੱਖ ਵੀ ਹੁੰਦਾ ਜਦੋਂ ਗੱਲ ਕਰੀਏ, ਪਰ ਜੇ ਇੱਦਾਂ ਦੇ ਬੱਚਿਆਂ ਨੂੰ ਕੁਝ ਗੱਲਾਂ ਕਰਕੇ ਜਾਂ ਕੁਝ ਤੰਗ, ਤਾਂ ਅੱਜ ਕੱਲ੍ਹ ਦੇ ਸਿਆਣਾ ਬੰਦਾ ਤਾਂ ਝੱਲ ਜਾਂਦਾ ਜਿਹਦੇ 'ਤੇ ਕੋਈ ਦੁੱਖ ਪੈਂਦਾ, ਔਰ ਬੱਚੇ ਜਿਹੜੇ ਆ ਉਹ ਝੱਲਦੇ ਨਹੀਂ ਗਏ, ਕਿਉਂਕਿ ਉਹ ਕਈ ਵਾਰ ਇੰਨਾ ਡਰ ਜਾਂਦੇ ਆ ਕਿਉਂਕਿ ਮਸੂਮ ਹੁੰਦੇ ਨੇ, ਕੋਈ ਜਿਹੜੀ 18-20 ਸਾਲ ਦੀ ਉਮਰ ਆ, ਕਿਉਂਕਿ ਉਹ ਕੋਈ ਨਿਕਲੀ ਗੱਲ ਨਹੀਂ ਹੁੰਦੀ ਕਿ ਜਿਹੜੀ ਇਹਨਾਂ ਨੇ ਅੱਜ ਆਪਣੀ ਜਿਹੜੀ ਉਹ ਆਪਣੀ ਜ਼ਿੰਦਗੀ ਜਿਹੜੀ ਆ ਉਹ ਕੁਰਬਾਨ ਕਰ ਦਿੱਤੀ ਆ, ਕਿਉਂਕਿ ਉਹ ਸਿਰਫ ਇਹੋ ਜਿਹੀਆਂ ਚੀਜ਼ਾਂ ਹੋਣੀਆਂ ਗੱਲਾਂ ਜਿਹੜੀਆਂ ਨਹੀਂ ਉਹ ਦੇਖਣੀਆਂ ਚਾਹੁੰਦੇ, ਕਿਉਂਕਿ ਇਸ ਚੀਜ਼ ਦੇ ਵਿੱਚ ਮੈਂ ਉਹਨਾਂ ਦੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਰੇ ਗੁਰੂ ਮਹਾਰਾਜ ਦੀ ਦੇ ਵਿੱਚ ਬੈਠਿਆਂ ਨੂੰ ਇਹਨੇ ਸੰਤਾਂ ਨੂੰ ਪੇਂਟ ਕਰਦਾ ਮਹਾਰਾਜ ਉਹਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਅਤੇ ਚੜ੍ਹਦੀ ਕਲਾ ਰੱਖੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸੇ ਪਿੰਡ ਤੋਂ ਸਰਦਾਰ ਬਲਕਾਰ ਸਿੰਘ ਜੀ, ਸਰਦਾਰ ਹਰਜੀਤ ਸਿੰਘ ਜੀ, ਸਰਦਾਰ ਦਲਬੀਰ ਸਿੰਘ ਜੀ, ਜਿਨ੍ਹਾਂ ਨੇ ਨੰਬਰਦਾਰ ਸਾਹਿਬ ਦਾ ਹਰ ਥਾਂ 'ਤੇ ਸਾਥ ਦਿੱਤਾ, ਉਹਨਾਂ ਨੂੰ ਉਹਨਾਂ ਨੇ ਹਰ ਥਾਂ 'ਤੇ ਉਹਨਾਂ ਦੀ ਹੈਲਪ ਕੀਤੀ ਹੈ। ਸੋ ਹੁਣ ਮੈਂ ਬੇਨਤੀ ਕਰੂੰਗਾ ਖਲਚੀਆਂ ਤੋਂ ਸਰਦਾਰ ਅਰੁਣ ਸਿੰਘ ਜੀ, ਉਹ ਦੋ ਮਿੰਟ ਵਾਸਤੇ ਸ਼ਰਧਾ ਦੇ ਫੁੱਲ ਪੇਂਟ ਕਰਨ। ਉਸ ਤੋਂ ਬਾਅਦ ਸਰਦਾਰ ਪਰਮਿੰਦਰ ਸਿੰਘ ਜੀ, ਸਰਪੰਚ ਬਾਬਾ ਬਕਾਲਾ ਸਾਹਿਬ ਸਾਹਿਬ ਦੀ ਹਜ਼ੂਰੀ 'ਚ ਵਿਰਾਜਮਾਨ ਮੇਰੇ ਸਰਕਾਰ ਜੋ ਭਰਾ ਅਤੇ ਮੇਰੇ ਸਰਕਾਰ ਜੋ ਭੈਣਾਂ, ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਕੇ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਸੇ ਤਾਂ ਗੁਰਬਾਣੀ ਦਾ ਫਰਮਾਨ ਹੈ, ਜੋ ਉਪਜਿਓ ਸੋ ਬਿਰਸ ਹੈ ਪਰੋ ਆਦ ਕੇ ਬਾਅਦ, ਕਿ ਜਿਹੜਾ ਵੀ ਜੀਵ ਪੈਦਾ ਹੋਇਆ ਉਸਨੇ ਇੱਕ ਨਾ ਇੱਕ ਦਿਨ ਇਸ ਸੰਸਾਰ ਨੂੰ ਛੱਡ ਕੇ ਚਲੇ ਜਾਣਾ ਹੈ। ਪਰ ਜਿਸ ਤਰ੍ਹਾਂ ਇਹ ਬੱਚੇ ਦੀ ਮੌਤ ਹੋਈ ਹੈ ਇਹ ਅਸਲ ਵਿੱਚ ਦੁੱਖਦਾਈ ਹੈ, ਅਤੇ ਟਾਈਮ ਤੋਂ ਪਹਿਲਾਂ ਇਹ ਬੱਚਾ ਇਸ ਪਰਿਵਾਰ ਨੂੰ ਵਿਤਣਾ ਛੱਡ ਗਿਆ। ਜਿੱਦਾਂ ਪਤਾ ਲੱਗਾ ਹੈ ਕਿ ਇਸ ਮਾਸੂਮ ਬੱਚੇ ਨੂੰ ਮਰਨ ਵਾਸਤੇ, ਆਤਮ ਹੱਤਿਆ ਕਰਨ ਵਾਸਤੇ ਮਜਬੂਰ ਕੀਤਾ ਗਿਆ ਹੈ, ਇਹ ਹੰਤਾਂ ਦਾ ਦੁੱਖਦਾਈ ਹੈ। ਕਹਿੰਦੇ ਨੇ ਕਿ ਇੱਕ ਵਾਰ ਇੱਕ ਕਿਸਾਈ ਨੇ
ਰਾਤ ਨੂੰ ਬੱਕਰਾਂ ਦੇ ਪਤਾਲੂ ਕੱਢ ਦਿੰਦੇ, ਬੱਕਰਾ ਸਾਰੀ ਰਾਤ ਲੱਭਦਾ ਰਿਹਾ। ਸਵੇਰੇ ਜਦੋਂ ਉਹ ਕਸਾਈ ਉਹ ਚਟਕਈ ਉਸ ਬੱਕਰੇ ਨੂੰ ਚਟਕਾਉਣ ਲੱਗਾ, ਕਹਿੰਦੇ ਬੱਕਰੇ ਨੇ ਭਾਖਿਆ ਦਿੱਤੀ। ਬੱਕਰਾ ਕਹਿੰਦਾ ਕਿ ਤਿੰਨ ਜਨਮ ਤੂੰ ਕਸਾਈ ਬਣਦਾ ਰਿਹਾ ਤੇ ਮੈਂ ਬੱਕਰਾ ਬਣਦਾ ਰਿਹਾ, ਤੂੰ ਮੈਨੂੰ ਝਟਕਾਉਂਦਾ ਰਿਹਾ, ਤੇ ਤਿੰਨ ਜਨਮ ਕਹਿੰਦਾ ਮੈਂ ਕਸਾਈ ਬਣਦਾ ਰਿਹਾ ਤੇ ਤੂੰ ਬੱਕਰਾ ਬਣਦਾ ਰਿਹਾ, ਮੈਂ ਤੈਨੂੰ ਝਟਕਾਉਂਦਾ ਰਿਹਾ। ਕਹਿੰਦਾ ਪਰ ਮਾਂ ਤੂੰ ਨਵੀਂ ਭਾਜੀ ਚਾੜ ਦਿੱਤੀ ਹੈ ਤੇ ਮੈਨੂੰ ਸਾਰੀ ਰਾਤ ਤੜਫਾਉਂਦਾ ਰਿਹਾ। ਮੈਂ ਆਪਣੀ ਵਿਰੋਧੀ ਪਾਰਟੀ ਨੂੰ ਬੇਨਤੀ ਕਰਦਾ ਕਿ ਸਰਕਾਰਾਂ ਬੜੀ ਵਾਰ ਆਈਆਂ ਤੇ ਬੜੀ ਵਾਰ ਗਈਆਂ, ਬੜੀ ਵਾਰ ਅਕਾਲੀ ਦਲ ਬਣਿਆ, ਬੜੀ ਵਾਰ ਕਾਂਗਰਸ ਬਣੇ, ਪਰ ਨਵੀਆਂ ਭਾਜੀਆਂ ਨਾ ਚਾੜਿਆ ਕਰੇ। ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਆਪਾਂ ਭਰਾ ਹੈ, ਆਪਣਾ ਭਾਈਚਾਰਾ ਹੈ, ਅਕਾਲੀ ਦਲ ਕਾਂਗਰਸ ਜਾਂ ਆਮ ਆਦਮੀ ਪਾਰਟੀ ਬਾਅਦ ਚ ਅੰਤ ਵਿੱਚ ਮੈਂ ਇਹ ਮਸੂਮ ਜਿੰਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਤੇ ਅਰਦਾਸ ਕਰਦਾ ਕਿ ਹੈ ਪਰਮਾਤਮਾ ਤੂੰ ਇਸ ਬੱਚੇ ਨੂੰ ਜਿੰਨੀ ਛੋਟੀ ਉਮਰ ਬਰਸੀ ਸੀ ਇਸ ਬੱਚੇ ਨੇ ਸਮਾਜ ਵਿੱਚ ਪਿਆਰ ਵੰਡਿਆ, ਖੁਸ਼ੀਆਂ ਵੰਡੀਆਂ, ਖਿੜੇ ਵੰਡੇ ਨੇ ਅਤੇ ਅੰਤ ਆਪ ਜੀ ਦੇ ਚਰਨਾਂ ਵਿੱਚ ਅਭੇਦ ਹੋਣ ਵਾਸਤੇ, ਅਧੀਨ ਹੋਣ ਵਾਸਤੇ ਆਪ ਜੀ ਪਾਸ ਪਹੁੰਚ ਚੁੱਕਾ ਹੈ। ਇਸ ਨੂੰ ਆਪਣੇ ਚਰਨਾਂ ਵਿੱਚ ਸਦਾ ਵਾਸਤੇ ਭੇਦ ਕਰਨਾ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਇਹਨਾਂ ਸ਼ਬਦਾਂ ਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਪੂਰਨ ਸਿੰਘ ਹੋਣਾ ਨੇ ਬੜੇ ਹੀ ਭਾਵਕ ਹੋ ਕੇ ਇਹ ਸ਼ਬਦ ਕਹੇ ਨੇ ਕਿ ਵਾਕਿਆ ਸਾਨੂੰ ਪਿੰਡਾਂ ਦੇ ਵਿੱਚ ਪਾਰਟੀਬਾਜ਼ੀ ਜਿਹੜੀ ਉਹ ਨਹੀਂ ਕਰਨੀ ਚਾਹੀਦੀ, ਰਲ ਮਿਲ ਕੇ ਪਿੰਡਾਂ ਦੇ ਵਿੱਚ ਰਹਿਣਾ ਚਾਹੀਦਾ। ਪਾਰਟੀਆਂ ਜਿਹੜੀਆਂ ਆਉਂਦੀਆਂ ਰਹਿੰਦੀਆਂ ਨੇ, ਪਾਰਟੀਆਂ ਜਾਂਦੀਆਂ ਰਹਿੰਦੀਆਂ ਨੇ, ਸੋ ਇਹ ਆ ਬਹੁਤ ਹੀ ਦੁੱਖ ਵਾਲੀ ਗੱਲ ਹੈ ਇੱਕ ਨੌਜਵਾਨ ਦਾ ਚਲੇ ਜਾਣਾ। ਅਸੀਂ ਜਿੰਨੇ ਵੀ ਇੱਥੇ ਬੈਠੇ ਹਾਂ, ਬਾਹਰ ਸਾਡੀਆਂ ਭੈਣਾਂ ਬੈਠੀਆਂ ਨੇ, ਬੜੇ ਦੁਖੀ ਹਿਰਦੇ ਦੇ ਨਾਲ ਅੱਜ ਅਸੀਂ ਇੱਥੇ ਬੈਠੇ ਹਾਂ। ਸੋ ਮੈਂ ਹੁਣ ਬਾਬਾ ਬਕਾਲਾ ਸਾਹਿਬ ਤੋਂ ਸਰਦਾਰ ਪਰਮਿੰਦਰ ਸਿੰਘ ਹੋਣਾ ਨੂੰ ਬੇਨਤੀ ਕਰਦਾ ਹੈ ਕਿ ਉਹ 2 ਮਿੰਟ ਵਾਸਤੇ ਅਰਸ਼ ਦੀ ਬਗੀਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ। ਸਰਦਾਰ ਪਰਮਿੰਦਰ ਸਿੰਘ ਬਾਬਾ ਬਕਾਲਾ ਸਾਹਿਬ ਵਿੱਚ ਬੈਠੀ ਸਾਧ ਸੰਗਤ ਜੀ, ਫਤਿਹ ਦੀ ਸਾਂਝ ਪਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਡਾ ਛੋਟਾ ਵੀਰ ਅਸ਼ਜੀਤ ਸਿੰਘ ਜੋ ਗੁਰੂ ਚਰਨਾਂ ਵਿੱਚ ਯਾਦ ਰਾਜੇ ਨੇ, ਉਹਨਾਂ ਦੀ ਅੰਤਮ ਅਰਦਾਸ ਵਿੱਚ ਅੱਜ ਆਪਾਂ ਸ਼ਾਮਿਲ ਹੋਏ ਹਾਂ। ਪਰਿਵਾਰ ਦੀ ਬਹੁਤ ਹੀ ਦੁੱਖਦਾਇਕ ਘਟਨਾ ਵਾਪਰੀ ਆ। ਮੇਰੇ ਤੋਂ ਪਹਿਲਾਂ ਬੁਲਾਰੇ ਸਰਦਾਰ ਪੂਰਨ ਸਿੰਘ ਜੀ ਨੇ ਬੜੇ ਵਿਸਤਾਰ ਨਾਲ ਤੁਹਾਨੂੰ ਦੱਸਿਆ ਕਿ ਉਹਨਾਂ ਦੀ ਜਿਹੜੀ ਹੈ ਮੌਤ ਕਿਸ ਤਰ੍ਹਾਂ ਹੋਈ ਆ। ਮੈਂ ਇਹ ਪਰਿਵਾਰ ਨੂੰ ਅਤੇ ਸਾਧ ਸੰਗਤ ਦੇ ਚਰਨਾਂ 'ਤੇ ਬੇਨਤੀ ਕਰਦਾ ਕਿ ਉਹਨਾਂ ਦੇ ਵਾਸਤੇ ਅਰਦਾਸ ਕੀਤੀ ਜਾਵੇ ਕਿ ਪਰਮਾਤਮਾ ਉਹਨਾਂ ਨੂੰ ਚਰਨਾਂ 'ਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਭਾਣਾ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਹੁਣ ਮੈਂ ਬੇਨਤੀ ਕਰੂੰਗਾ ਅਕਾਲੀ ਦਲ ਦੇ ਹਲਕਾ ਇੰਚਾਰਜ ਸਰਦਾਰ ਮਲਕੀਤ ਸਿੰਘ ਏਆਰ ਜੀ, ਉਹ 2 ਮਿੰਟ ਵਾਸਤੇ ਛੋਟੇ ਵੀਰ ਅਰਸ਼ਪ੍ਰੀਤ ਦੀ ਸ਼ਰਧਾ ਦੇ ਫੁੱਲੋਂ ਭੇਟ ਕਰਨ। ਇਸ ਪਿੰਡ ਤੋਂ ਸਾਡਾ ਵੀਰ ਸਰਦਾਰ ਜੈਮਲ ਸਿੰਘ ਜੀ ਬੜਾ ਹੀ ਜੁਝਾਰੂ ਵਲੰਟੀਅਰ ਹੈ, ਉਹਨਾਂ ਨੇ ਵੀ ਸਰਦਾਰ ਗੁਰਮੀਤ ਸਿੰਘ ਦਾ ਬਹੁਤ ਸਾਥ ਦਿੱਤਾ। ਸਰਦਾਰ ਗੁਰਮੀਤ ਸਿੰਘ ਜੀ ਬਹੁਤ ਹੀ ਅਦੁੱਤਦਾਈ ਸਮਾਗਮ ਹੈ। ਜੁਗਲ ਜੁਗ ਅਟਲ ਸਾਹਿਬ ਇਕਬਾਲ ਦੋ ਜਹਾਂ ਦੇ ਵੱਲ ਯੋਧਿਆਂ ਦੀ ਲੋੜ ਦੇ ਆਸਰੇ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਸਾਧ ਸੰਗਤ ਦੇ ਵਿੱਚ ਬੈਠੇ ਸਤਿਕਾਰ ਨਾਲ ਵੀਰੋ ਤੁਹਾਨੂੰ ਵੰਡ ਵੰਡ ਵਿੱਚ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਖ ਜਾਤੀ ਜਗ ਨਾ ਤੁਮ ਫਿਰ ਗਿਆ ਇਹ ਮਾਂ ਬਾਪ ਦਾ ਸਾਰਾ ਸਾਡੇ ਬਰਕਰਦਾਰ ਸਰਦਾਰ
मनमोहन सिंह जी सठियाला सबका एम एल ए चेयरमैन डॉक्टर डॉक्टर सरदार मास्टर पाल सिंह जी सठियाला उन्होंने दोस्त सरदार गुरमीत सिंह जी नंबरदार इलाके जगह साढ़े डॉक्टर का सरदार तस्लीम सिंह जी एक बहुत ही गैर मनुखी जिंदगी के लगभग दो दहाके जीव के चले गए पर पीछे छड़ गए अपने परिवार में रोंदिया करलांदिया चहाड़दिया बिलकलिया कि कोई मौत नहीं है कि कोई चले जाना नहीं है समय दिया सरकारां नूं कानून का राज स्थापित करना चाहिए है जिसकी वो सहु खाते हैं विधानसभा के बच्चे कि असं कानून का राज स्थापित करांगे ते अज उन्होंने करिंदे जड़े ने वो इतने आके छोटिया छोटिया गिंदिया मसूम जिंदा मजबूर करते हैं कि वो अजिहा वड्डा हादसा गैर मनुखी कर लैन कि जिंदगी नूं ही बेवफा कर दें अज लोड़ है साढ़े समाज के करिंदा ने भी सोचण दी असी समाज में किधर लेके जा रहे रोल मॉडल बन वाले उन्होंने लीडर की उन्होंने भी एक चेतन होकर सोचने की लड़ है कि अपने समाज में अपने बच्चों में असं किस पास वालों का टीचर ने भी सोचने की लड़ है कि ऐसे ज्ञान की गुड़ती रहने क्योंकि बच्चा तो एक खाली स्लेट नहीं होता और टीचर को जाके जिड़ी मर्जी इबारत तो उस स्लेट के लिख दिन बच्चे ने वो लिख लेंगे मैं उन्होंने भी बेनती करा बहुत सारे लोग इकट्ठे ने कि बच्चों के ऐसी लियाकत ऐसी दूरदेशी पैदा कर सहनशीलता पैदा कर सोचने की शक्ति पैदा कर कि मेरा ये नहीं कि सोशल मीडिया से बैठ के नैट में देख के माड़े चंगे गल् नहीं सीख रहे नैट बहुत कुछ वधिया सिखाता है पर आप वधिया सीखिए तो कहाँ है इस टीचर की है साडे बच्चों के माँ प्यो की भी है जिम्मेवारी अज आप इस गल चेतन होकर सोचने की लड़ है तो इस समाज वो सारे तो पैदा होया समाज जरा योजे बच्चों में फिर मजबूर ना करना बच्चिया फिर गिरफ्तार करना दया वो माँ आसावान वो प्यो रहे अंजू ये फिर ना कर मैं इन्हें ही शरदा ना शरदा जरूर प्रेम करता और परमात्मा पास अरदास करता कि परमात्मा साढ़े इस बरकत दादा अपने चरणा च आवाज बख्शे तो कोई माँ की गोद खाली ना हो प्यो के हंजू ना बन भैन भरावान के हंजू ना बन यो ही अरदास करता गुरु महाराज के वैगर गीता खालसा वैगर विस्तार के नाल सरदार मनकीत सिंह जी हुणां ने दस्सिया सो हुण मैं बेनती करूँगा सरदार दलबीर सिंह टाउन हलका बाबा बकाला तो आम आदमी पार्टी के आगू जनरल सकत्तर पंजाब उन्होंने मैं बेनती करता हाँ कि 2 मिनट वास्ते
ਛੋਟੇ ਵੀਰ ਸਰਦਾਰ ਗੁਰਮੀਤ ਸਿੰਘ ਜੀ ਦੇ ਸਪੁੱਤਰ ਸਾਡਾ ਛੋਟਾ ਵੀਰ ਅਰਸ਼ਦੀਪ ਸਿੰਘ ਜੋ ਕੁਝ ਦਿਨ ਪਹਿਲਾਂ ਇਸ ਦੁਨੀਆਂ ਤੋਂ ਸਦੀਵੀ ਵਿਛੋੜਾ ਦੇ ਗਏ। ਸਮਾਂ ਨਹੀਂ ਸੀ ਉਸਦਾ ਜਾਣ ਦਾ, ਬਹੁਤ ਹੀ ਹੋਣਹਾਰ, ਬਹੁਤ ਹੀ ਸਿਆਣਾ ਅਤੇ ਕਾਮਾ ਉਹ ਨੌਜਵਾਨ ਪੁੱਤ ਜਿਹੜਾ ਚੰਦ ਲੀਡਰਾਂ ਦੇ ਬਹਿਕਾਵੇ ਦੇ ਵਿੱਚ ਆਣ ਕੇ ਡਰਦਾ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਗਿਆ। ਬੜਾ ਦੁੱਖ ਹੁੰਦਾ ਜਦੋਂ ਇਸ ਘਟਨਾ ਦਾ ਸੁਣਿਆ, ਪਰ ਪਰਮਾਤਮਾ ਅੱਗੇ ਜ਼ੋਰ ਨਹੀਂ, ਉਸ ਵਾਹਿਗੁਰੂ ਅੱਗੇ ਕੋਈ ਜ਼ੋਰ ਨਹੀਂ। ਗੁਰੂ ਸਾਹਿਬ ਦਾ ਹੁਕਮ ਹੈ, ਜਿਹਾ ਚੀਜ਼ ਹੀ ਲਿਖਿਆ ਤਿਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ, ਮਰਨ ਲਿਖਾਏ ਮੰਡਲ ਮੈਂ ਆਏ। ਮਰਨ ਤੋਂ ਪਹਿਲਾਂ ਮੌਤ ਜਿਹੜੀ ਹੈ ਇਹ ਇੱਕ ਸਚਲ ਅਟਲ ਸੱਚਾਈ ਹੈ। ਜਨਮ ਤੋਂ ਪਹਿਲਾਂ ਮੌਤ ਜਿਹੜੀ ਹੈ ਪਰਮਾਤਮਾ ਨਿਸ਼ਚਿਤ ਕਰ ਦਿੰਦਾ ਹੈ, ਉਸ ਮੌਤ ਦਾ ਸਮਾਂ ਤੈਅ ਕਰ ਦਿੰਦਾ ਹੈ। ਸੋ ਪਰਿਵਾਰ ਨੂੰ ਸਰਦਾਰ ਗੁਰਮੀਤ ਸਿੰਘ ਨੂੰ, ਉਹਨਾਂ ਦੇ ਸਾਰੇ ਰਿਸ਼ਤੇਦਾਰ ਸਾਕ ਸੰਬੰਧੀਆਂ, ਮੇਰੇ ਵੱਲੋਂ, ਆਮ ਆਦਮੀ ਪਾਰਟੀ ਵੱਲੋਂ ਜੇ ਮੇਰੇ ਪਰਿਵਾਰ ਵੱਲੋਂ ਇਹੀ ਸੱਚੀ ਸ਼ਰਧਾਂਜਲੀ ਹੈ, ਇਹੀ ਸ਼ਰਧਾ ਦੇ ਸਰੂਪ ਭੇਟ ਕਰਦੇ ਹਾਂ ਕਿ ਪਰਮਾਤਮਾ ਅੱਗੇ ਰਲ ਕੇ ਅਰਦਾਸ ਕਰੀਏ। ਸਿਆਣੇ ਕਹਿੰਦੇ ਆ ਖੁਸ਼ੀ ਵੰਡਾਇਆ ਵੱਧ ਅਤੇ ਦੁੱਖ ਵੰਡਾਇਆ ਘੱਟ। ਆਪਾਂ ਸਾਰੇ ਅੰਤਿਮ ਅਰਦਾਸ ਵਿੱਚ ਪਹੁੰਚੇ ਹਾਂ ਅਤੇ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਅਰਦਾਸ ਕਰੀਏ ਕਿ ਉਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੰਦ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਗੁਰਬੀਰ ਸਿੰਘ ਟਾਊਨ ਇਹ ਆਖਰੀ ਬੁਲਾਏ ਸਨ। ਸੋ ਬਾਬਾ ਬਕਾਲਾ ਤੋਂ ਨੰਬਰਦਾਰ ਜੂਨੀਅਰ ਦੇ ਪ੍ਰਧਾਨ ਚਰਲੋਚਨ ਸਿੰਘ ਜੀ ਵੀ ਆਏ ਨੇ ਅਤੇ ਉਹਨਾਂ ਦੇ ਨਾਲ ਆਏ ਹੋਏ ਸਾਰੇ ਨੰਬਰਦਾਰਾਂ ਦਾ ਬਹੁਤ ਧੰਨਵਾਦ ਹੈ। ਸੋ ਜਿੰਨੇ ਵੀ ਰਿਸ਼ਤੇਦਾਰ, ਜੋ ਵੀ ਵੱਖ ਵੱਖ ਪਾਰਟੀਆਂ ਤੋਂ ਆਏ ਨੁਮਾਇੰਦੇ ਨੇ, ਸਾਰੇ ਹੀ ਇਸ ਪਿੰਡ ਦੇ ਨਗਰ ਵਾਸੀਆਂ ਦਾ ਅੱਜ ਅਰਸ਼ਦੀਪ ਦੇ ਅੰਤਿਮ ਅਰਦਾਸ ਵਿੱਚ ਪਹੁੰਚਣ 'ਤੇ ਅਸੀਂ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਸਤਿ ਸ਼੍ਰੀ ਅਕਾਲ।